ਡੈਂਗੂ ਬੁਖਾਰ ਹੈ ਇਹਦੇ ਵਾਸਤੇ ਅਸੀਂ ਇੱਕ ਸਪੈਸ਼ਲ ਡਰਾਈਵ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਕਰ ਰਹੇ ਹਾਂ ਕਿਉਂਕਿ ਆਹ ਜਿਹੜਾ ਸੀਜ਼ਨ ਹੈ ਇਹ ਡੈਂਗੂ ਬੁਖਾਰ ਵਾਸਤੇ ਬੜਾ ਸਸੈਪਟੇਬਲ ਹੈ ਖਾਸ ਕਰ ਬਰਸਾਤਾਂ ਦੇ ਸੀਜ਼ਨ ਜਿਹਦੇ ਵਿੱਚ ਸਾਫ਼ ਪਾਣੀ ਖੜਾ ਹੋ ਜਾਂਦਾ ਹੈ ਇਹ ਜਿਹੜਾ ਡੈਂਗੂ ਬੁਖਾਰ ਹੈ ਇਹ ਫੀਮੇਲ ਏਡਿਸ ਇਜਿਪਟਾਈ ਜਿਹੜਾ ਇੱਕ ਮੱਛਰ ਹੁੰਦਾ ਹੈ ਨਾ ਏਡਿਸ ਇਜਿਪਟਾਈ ਜਿਹੜੀ ਫੀਮੇਲ ਹੈ ਇਹ ਉਹਦੇ ਕੱਟਣ ਨਾਲ ਹੁੰਦਾ ਨੋਰਮਲੀ ਇਹ ਜਿਹੜਾ ਮੱਛਰ ਹੈ ਨਾ ਇਹ ਡੌਨ ਜਿਹਦੇ ਜਦੋਂ ਸਵੇਰ ਹੁੰਦੀ ਹੈ ਜਾਂ ਸ਼ਾਮ ਦੇ ਵੇਲੇ ਜਦੋਂ ਧੁੱਪ ਢਲ ਜਾਂਦੀ ਹੈ ਇਹ ਦੋ ਟਾਈਮ 'ਤੇ ਨਾ ਕੱਟਣ ਦੇ ਮੈਕਸੀਮਮ ਚਾਂਸਿਸ ਹੁੰਦੇ ਨੇ ਅਤੇ ਸਾਡੇ ਆਮ ਲੋਕਾਂ ਨੂੰ ਇਹ ਦਰਖਾਸਤ ਹੈ ਕਿ ਆਪਣੇ ਜਿਹੜੇ ਨਾ ਫੁੱਲ ਸਲੀਵਸ ਸ਼ਰਟਸ ਜਾਂ ਕੱਪੜੇ ਆਪਣੇ ਬੋਡੀ ਨੂੰ ਢੱਕ ਕੇ ਰੱਖਣ ਤਾਂ ਜੋ ਪੈਰਾਂ 'ਤੇ ਖਾਸ ਕਰ ਜੁਰਾਬਾਂ ਔਰ ਸ਼ੂਜ਼ ਪਾ ਕੇ ਰੱਖਣ ਹੱਥ ਪੈਰ ਨੰਗੇ ਨਾ ਰੱਖਣ ਜਿੱਥੇ ਇਹ ਮੱਛਰ ਦੇ ਕੱਟਣ ਕਰਕੇ ਇਹ ਡੈਂਗੀ ਬੁਖਾਰ ਹੋਣ ਦੇ ਚਾਂਸਿਸ ਹੈ ਇਹ ਜਿਹੜਾ ਬੁਖਾਰ ਹੈ ਇਹਦੇ 'ਚ ਆਮ ਲੱਛਣ ਇਹ ਹੈ ਕਿ ਬੜਾ ਤੇਜ਼ ਬੁਖਾਰ ਹੁੰਦਾ ਸਿਰ ਦਰਦ ਹੁੰਦਾ ਅੱਖਾਂ ਦੇ ਪਿੱਛੇ ਦਰਦਾਂ ਹੁੰਦੀਆਂ ਬੋਡੀ ਏਕਸ ਹੁੰਦੀ ਹੈ ਮਸਲ ਪੇਨ ਹੁੰਦੀਆਂ ਤੋ ਇਹ ਕਈ ਵਾਰੀ ਨਾ ਕਾਫੀ ਖਤਰਨਾਕ ਸਥਿਤੀ ਵਿੱਚ ਵੀ ਚਲਾ ਜਾਂਦਾ ਹੈ ਜਿਹਨੂੰ ਅਸੀਂ ਡੈਂਗੀ ਹੈਮਰੇਜਿਕ ਫੀਵਰ ਕਹਿੰਦੇ ਹਾਂ ਔਰ ਇਹੋ ਜਿਹੇ ਮਰੀਜ਼ ਨੂੰ ਬਚਾਉਣਾ ਵੀ ਮੁਸ਼ਕਿਲ ਹੋ ਜਾਂਦਾ ਹੈ ਇਸਦਾ ਜਿਹੜਾ ਬਚਾਅ ਹੈ ਉਹ ਇਹੀ ਹੈ ਕਿ ਜਿਹੜਾ ਸਾਫ਼ ਖੜਾ ਪਾਣੀ ਕਿੱਥੇ ਸਟੋਰ ਨਾ ਕੀਤਾ ਜਾ ਸਕੇ ਇਹਨਾਂ ਨੂੰ ਇਹ ਆਪਣੇ ਆਲੇ ਦੁਆਲੇ ਏਰੀਆ ਚੈੱਕ ਕੀਤੇ ਜਾਣ ਖਾਸ ਕਰ ਜਿਹੜੇ ਟਾਇਰਸ ਹੁੰਦੇ ਨੇ ਜਾਂ ਟੁੱਟੇ ਭਾਂਡੇ ਹੁੰਦੇ ਨੇ ਜਾਂ ਛੱਤ ਵਿੱਚ ਪੁਰਾਣੀਆਂ ਟੈਂਕੀਆਂ ਪਈਆਂ ਹੁੰਦੀਆਂ ਨੇ ਕੋਈ ਵੀ ਥਾਂ 'ਤੇ ਜਿੱਥੇ ਪਾਣੀ ਸਟੋਰ ਹੋ ਸਕਦਾ ਉਹ ਕਲੀਨ ਕੀਤਾ ਜਾਏ ਇਹ ਭਾਂਡੇ ਮੂਧੇ ਕਰਕੇ ਰੱਖੇ ਜਾਣ ਸੋ ਦੈਟ ਦਾ ਫਰੈਸ਼ ਵਾਟਰ ਡਜ਼ਨਟ ਸਟੋਰ ਔਰ ਇਹ ਮੱਛਰ ਉਹਦੇ ਵਿੱਚ ਡਿਵੈਲਪ ਨਾ ਕਰ ਸਕੇ ਬਚਾਅ ਵਿੱਚ ਹੀ ਬਚਾਅ ਹੈ ਮੇਰੀ ਇਹ ਸੰਦੇਸ਼ ਹੈ ਟੂ ਆਲ ਦਾ ਆਮ ਲੋਕਾਂ ਨੂੰ ਔਰ ਆਪਣੇ ਆਪ ਨੂੰ ਕਵਰ ਕਰਕੇ ਰੱਖੋ ਤਾਂ ਕਿ ਇਹ ਇਸ ਤੋਂ ਬਚਿਆ ਜਾ ਸਕੇ ਔਰ ਇਸ ਬੁਖਾਰ ਤੋਂ ਵੀ ਬਚਿਆ ਜਾ ਸਕੇ ਔਰ ਲੋਕਾਂ ਨੂੰ ਇਸ ਸੰਬੰਧੀ ਆਪਣੇ ਆਪ ਨੂੰ ਸੁਚੇਤ ਕਰਨ ਦੀ ਲੋੜ ਹੈ ਮੇਰੀ ਜਿਹੜੀ ਮਾਸ ਮੀਡੀਆ ਵਿੰਗ ਹੈ ਇਹ ਰੈਗੂਲਰਲੀ ਅਵੇਅਰਨੈਸ ਕਰੇਗੀ ਹਰੇਕ ਬਲੋਕਸ ਵਿੱਚ ਹਰੇਕ ਡਿਸਟ੍ਰਿਕਟ ਹਰੇਕ ਸਬ ਡਿਵੀਜ਼ਨ ਵਿੱਚ ਤਾਂ ਕਿ ਲੋਕਾਂ ਨੂੰ ਇਸ ਪ੍ਰਤੀ ਜਾਣਕਾਰੀ ਦੇ ਔਰ ਜੇ ਕੋਈ ਕੇਸ ਰਿਪੋਰਟ ਹੋਏਗਾ ਅਸੀਂ ਉਸ 'ਤੇ ਡੈਫੀਨੇਟਲੀ ਫੋਲੋਅਪ ਐਕਸ਼ਨ ਕਰਾਂਗੇ ਹੁਣ ਤੱਕ ਸਾਡੇ ਕੋਲ ਇਸ ਸਾਲ ਸਿਰਫ 5 ਕੇਸ ਹੀ ਰਿਪੋਰਟ ਹੋਏ ਹੈ ਡੈਂਗੀ ਦੇ ਜਿਹਦੇ ਵਿੱਚ ਕੋਈ ਵੀ ਮੌਤ ਨਹੀਂ ਹੋਈ ਹੈ ਔਰ ਜਿੱਥੇ ਸਾਡੇ ਜਦੋਂ ਟੀਮਸ ਜਾਂਦੀਆਂ ਜੇ ਲਾਰਵੇ ਔਰ ਇਹ ਚੀਜ਼ਾਂ ਮਿਲਦੀਆਂ ਅਸੀਂ ਚਲਾਨ ਵੀ ਕਰਦੇ ਹਾਂ ਔਰ ਹੁਣ ਤੱਕ ਅਸੀਂ 150 ਚਲਾਨ ਇਸ ਸੰਬੰਧੀ